ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜੀ ਗੱਲ ਕਰਨੀ ਆ ਉਹ ਬੇਹੱਦ ਜ਼ਰੂਰੀ ਆ। ਇਸ ਖਾਤਰ ਜ਼ਰੂਰੀ ਆ ਵੀ ਨੈਸ਼ਨਲ ਮੀਡੀਆ ਤੋਂ, ਸਪੈਸ਼ਲੀ ਜ਼ੀ ਨਿਊਜ਼ ਤੋਂ ਇਹ ਵਾਰ ਵਾਰ ਸਟੇਟਮੈਂਟਸ ਆਈ ਖਾਲਸਾ ਏਡ ਲਈ ਅਤੇ ਜਿਹੜੇ ਸਰਦਾਰ ਰਵੀ ਸਿੰਘ ਜੀ ਆ ਉਹਨਾਂ ਲਈ ਵੀ ਉਹ ਅੱਤਵਾਦੀ ਆ, ਆਤੰਕਵਾਦੀ ਆ ਜਿਵੇਂ ਇਹ ਕਹਿੰਦੇ ਆ। ਮੇਰਾ ਵਾਹ ਇਸ ਬਾਰੇ ਗੱਲ ਕਰਾਂਗੇ ਆਪਾਂ। ਪਹਿਲਾਂ ਤਾਂ ਮੇਰਾ ਵਾਹ ਖਾਲਸਾ ਏਡ ਨਾਲ ਪਹਿਲੀ ਵਾਰੀ ਉਦੋਂ ਸ਼ੁਰੂ ਹੋਇਆ ਜਦੋਂ ਆਪਾਂ ਸ਼ੰਭੂ ਮੋਰਚਾ ਲਾਇਆ ਸੀ। ਪਹਿਲਾਂ ਸ਼ੰਭੂ ਮੋਰਚੇ 'ਚ ਪਹਿਲੇ ਦਿਨ ਜਿੱਦਾਂ ਕਾਲ ਦਿੱਤੀ ਸੀ 25-26 ਤਰੀਕ ਨੂੰ, ਸਪਟੈਂਬਰ ਸੀ ਉਦੋਂ, ਹੈ ਨਾ, ਉਦੋਂ ਖਾਲਸਾ ਏਡ ਨੇ ਆ ਕੇ ਉੱਥੇ ਲੰਗਰ ਲਾਇਆ ਅਤੇ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ, ਜਦੋਂ ਲੰਗਰ ਲਾਈਦਾ ਅਤੇ ਲੰਗਰ 'ਚ ਖਾਣਾ ਪੀਣਾ, ਮੈਡੀਕਲ ਫੈਸਿਲਿਟੀਜ਼, ਇਹ ਸਾਰੀਆਂ ਚੀਜ਼ਾਂ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ। ਫਿਰ ਅਗਲੇ ਅਕਤੂਬਰ ਦੇ 4 ਨੂੰ ਆਪਾਂ ਫਿਰ ਕਾਲ ਦਿੱਤੀ ਉੱਥੇ, ਉਦੋਂ ਵੀ ਖਾਲਸਾ ਏਡ ਨੇ ਲੰਗਰ ਲਾਇਆ ਅਤੇ ਉਹ ਪੱਕਾ ਮੋਰਚਾ ਗੱਡਤਾ ਆਪਾਂ। ਉਹ ਤੋਂ ਬਾਅਦ ਹੁਣ ਮੋਰਚੇ ਦਾ ਜਿਹੜਾ ਅਨਾਊਂਸਮੈਂਟ ਆ, ਮੋਰਚਾ ਲਾਉਣ ਦਾ ਐਲਾਨ ਆ, ਉਹ ਤਾਂ ਮੈਂ ਕਰਤਾ, ਪਰ ਔਰ ਸਾਰਿਆਂ ਨੂੰ ਦੇਖਦਾ ਵੀ ਇਹੀ ਹੁੰਦਾ ਵੀ ਦੀਪ ਸਿੱਧੂ ਨੇ ਮੋਰਚਾ ਲਾ ਲਿਆ ਸ਼ੰਭੂ, ਪਰ ਜਿਹੜੀ ਪਿੱਛੇ ਟੀਮ ਕੰਮ ਕਰਦੀ ਆ ਜਾਂ ਜਿਵੇਂ ਖਾਲਸਾ ਏਡ ਨੇ ਜੋ ਰੋਲ ਨਿਭਾਇਆ ਉੱਥੇ, ਉਹਨਾਂ ਦਾ ਦੇਣ ਹੀ ਨਹੀਂ ਦਿੱਤਾ ਜਾ ਸਕਦਾ। ਮੇਰਾ ਤਾਂ ਵਾਹ ਪਿਆ, ਉਹ ਸਿਆਣੇ ਕਹਿੰਦੇ ਹੁੰਦੇ ਆ ਜਾਂ ਤਾਂ ਵਾਹ ਪਏ ਜਾਣੀਏ ਜਾਂ ਰਾਹ ਪਏ ਜਾਣੀਏ। ਜੇ ਮੋਰਚਾ ਉਹ ਸਕਸੈਸਫੁਲ ਰਿਹਾ ਇਨ ਟਰਮਸ ਆਫ ਵੀ ਆਪਾਂ ਲੋਕਾਂ ਨੂੰ ਜਗਾਇਆ, ਤਾਂ ਉਹਦੇ 'ਚ ਖਾਲਸਾ ਏਡ ਦਾ ਬਹੁਤ ਵੱਡਾ ਯੋਗਦਾਨ ਆ, ਉਹਦੇ 'ਚ ਅਮਰਦੀਪ ਬਾਈ ਦਾ ਅਤੇ ਆਪਣੇ ਸਰਦਾਰ ਰਵੀ ਸਿੰਘ ਦਾ, ਇਹਨਾਂ ਦੋਨਾਂ ਬੰਦਿਆਂ ਦਾ ਬਹੁਤ ਵੱਡਾ ਯੋਗਦਾਨ ਆ, ਇਹਨਾਂ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਆ। ਜੋ ਇਹਨਾਂ ਦੀ ਟੀਮ ਜਿਵੇਂ ਕੰਮ ਕਰਦੀ ਆ, ਇਹ ਭਾਈ ਘਨੱਈਆ ਜੀ ਦੇ ਵਾਰਸ ਆ, ਉਹਨਾਂ ਤੋਂ ਜਿਹੜੀ ਥਾਪੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਿਲਿਆ ਹੋਇਆ, ਜਾਂ ਇਹ ਕਹਿ ਲਓ ਵੀ ਜਿਹੜਾ ਆਪਣਾ ਗੁਰੂ ਨਾਨਕ ਸਾਹਿਬ ਦਾ ਫਲਸਫਾ, ਸਿੱਖ ਫਲਸਫਾ, ਉਹਨੂੰ ਅੱਗੇ ਜੇ ਇੰਟਰਨੈਸ਼ਨਲ ਲੈਵਲ 'ਤੇ ਜਦੋਂ ਕਿਸੇ ਨੇ ਵਧਾਇਆ ਤਾਂ ਉਹ ਖਾਲਸਾ ਏਡ ਆ। ਹੁਣ ਖਾਲਸਾ ਏਡ ਨੂੰ ਜੇ ਤੁਸੀਂ ਆਤੰਕਵਾਦੀ ਕਹਿ ਕੇ ਜਾਂ ਉਹਨਾਂ ਦੇ ਜਿਹੜੇ ਮੁਖੀ ਆ ਜਾਂ ਉਹਨਾਂ ਦੇ ਜਿਹੜੇ ਲੀਡਰ ਆ ਜਾਂ ਉਹਨਾਂ ਦੇ ਉਹ ਸ਼ਖਸੀਅਤਾਂ ਜਿਹੜੀਆਂ ਫੇਸ ਆ ਖਾਲਸਾ ਏਡ ਦੀਆਂ, ਉਹਨਾਂ ਨੂੰ ਤੁਸੀਂ ਆਤੰਕਵਾਦੀ ਕਹੋਗੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਮੈਂ ਇੱਕ ਇੰਗਲਿਸ਼ 'ਚ ਵੀ ਇਸ ਕਰਕੇ ਲਾਈਵ ਕਰੂੰਗਾ, ਸ਼ਰਮ ਇਸ ਖਾਤਰ ਆਉਣੀ ਚਾਹੀਦੀ ਆ ਜਦੋਂ ਕਿਤੇ ਸੋਕਾ ਪੈਂਦਾ, ਜਿਹਨੂੰ ਡਰਾਊਟ ਕਹਿੰਦੇ ਆਪਾਂ, ਉੱਥੇ ਖਾਲਸਾ ਏਡ ਜਾਂਦੀ ਆ। ਜਦੋਂ ਕਿਤੇ ਹੜ੍ਹ ਆਉਂਦੇ ਆ ਉੱਥੇ ਖਾਲਸਾ ਏਡ ਜਾਂਦੀ ਆ, ਜੇ ਗੁਜਰਾਤ 'ਚ ਦੰਗੇ ਹੁੰਦੇ ਆ ਤਾਂ ਉੱਥੇ ਖਾਲਸਾ ਏਡ ਜਾਂਦੀ ਆ। ਜਦੋਂ ਕਿਤੇ ਸੰਘਰਸ਼ੀ ਧਿਰਾਂ ਕੋਈ ਆਪਦੇ ਹੱਕਾਂ ਖਾਤਰ ਲੜਦੀਆਂ, ਇਰਰਿਸਪੈਕਟਿਵ ਆਫ, ਇਹ ਦੇਖਦੇ ਨਹੀਂ, ਜਦੋਂ ਸੰਘਰਸ਼ੀ ਧਿਰਾਂ ਆਪਦੇ ਹੱਕਾਂ ਖਾਤਰ ਲੜਦੀਆਂ ਉਦੋਂ ਖਾਲਸਾ ਏਡ ਜਾ ਕੇ ਖੜ੍ਹੇ ਹੋ ਜਾਂਦੀ ਆ। ਖਾਲਸਾ ਏਡ ਨੇ ਇਹ ਨਹੀਂ ਦੇਖਣਾ ਵੀ ਸਾਡਾ ਦੋਸਤ ਆ ਕਿ ਦੁਸ਼ਮਣ ਆ, ਇਹਨਾਂ ਲਈ ਤਾਂ ਉਹ ਜਿਹੜੇ ਤੁਹਾਡੀਆਂ ਪੈਮਾਨੇ ਆ ਦੋਸਤੀ ਅਤੇ ਦੁਸ਼ਮਣਾਂ ਦੇ, ਉਹ ਤਾਂ ਇੱਥੇ ਕੰਮ ਹੀ ਨਹੀਂ ਕਰਦੇ। ਇਹ ਤਾਂ ਅਕਾਲ ਪੁਰਖ ਦੀ ਫੌਜ ਆ, ਇਹ ਤਾਂ ਉਸ ਗੁਰੂ ਮਹਾਰਾਜ ਦੇ ਫਲਸਫੇ 'ਤੇ ਚੱਲਣ ਵਾਲੀ ਫੌਜ ਆ, ਜਿਹੜੀ ਫੌਜ ਜਿੱਥੇ ਜਬਰ ਅਤੇ ਜ਼ੁਲਮ ਹੁੰਦਾ ਕਿਸੇ ਵੀ ਸੂਰਤ 'ਚ ਹੁੰਦਾ, ਉੱਥੇ ਜਾ ਕੇ ਖੜ੍ਹੀ ਹੋ ਜਾਂਦੀ ਆ ਅਤੇ ਸੇਵਾ ਕਰਦੀ ਆ। ਹੁਣ ਮੈਂ ਸਰਦਾਰ ਰਵੀ ਸਿੰਘ ਜੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਰਵੀ ਬਾਈ ਜੀ, ਜਦੋਂ ਤੱਕ ਤੁਸੀਂ ਲੰਗਰ ਲਾਓਗੇ ਗੁਜਰਾਤ ਜਾ ਕੇ, ਜਦੋਂ ਤੱਕ ਤੁਸੀਂ ਲੰਗਰ ਲਾਓਗੇ ਜਿੱਥੇ ਕਿਤੇ ਹੜ੍ਹ ਆ ਜਾਂਦੇ ਆ, ਜਿੱਥੇ ਕਿਤੇ ਸੋਕਾ ਪੈ ਜਾਂਦਾ, ਜਿੱਥੇ ਕਿਤੇ ਕੋਈ ਹੋਰ ਅਰਥਕੁਏਕ ਆ ਜਾਂਦਾ, ਹੈ ਨਾ, ਉੱਥੇ ਜਾ ਕੇ ਜੇ ਤੁਸੀਂ ਲੰਗਰ ਲਾਓਗੇ ਤਾਂ ਤੁਹਾਨੂੰ ਅਵਾਰਡ ਵੀ ਦਿੱਤੇ ਜਾਣਗੇ ਅਤੇ ਤੁਹਾਨੂੰ ਪ੍ਰਾਈਮ ਟਾਈਮ 'ਤੇ ਬਿਠਾ ਕੇ ਗੱਲਾਂ ਵੀ ਕੀਤੀਆਂ ਜਾਣਗੀਆਂ ਤੁਹਾਡੇ ਨਾਲ ਅਤੇ ਤੁਹਾਨੂੰ ਸਰਾਹਿਆ ਜਾਊਗਾ। ਪਰ ਜਦੋਂ ਤੁਸੀਂ ਲੰਗਰ ਜਾਂ ਸੇਵਾ ਉੱਥੇ ਨਿਭਾਓਗੇ ਜਿੱਥੇ ਕੋਈ ਸੰਘਰਸ਼ੀ ਧਿਰ ਆਪਦੇ ਹੱਕ ਲੈਣ ਲਈ ਲੜ ਰਹੀ ਆ, ਅਤੇ ਉੱਥੇ ਤੁਹਾਨੂੰ ਇਹੋ ਜਿਹੇ ਖਿਤਾਬ ਹੀ ਦਿੰਦੇ ਆ, ਫਿਰ ਇਹ ਪ੍ਰਭਾਸ਼ਿਤ ਕਰਦੇ ਆ ਇਸ ਸੰਘਰਸ਼ੀ ਧਿਰ ਨਾਲ, ਜਦੋਂ ਜਦੋਂ ਅਸੀਂ ਆਪਦੇ ਹੱਕਾਂ ਦੀ ਲੜਾਈ ਲੜਾਂਗੇ, ਅਤੇ ਹੱਕਾਂ ਦੀ ਲੜਾਈ ਤਾਂ ਹਮੇਸ਼ਾ ਹੀ ਸਿੱਖਾਂ ਨੇ ਲੜੀ ਆ, ਔਰ ਹੱਕਾਂ ਦੀ ਲੜਾਈ ਜਦੋਂ ਅਸੀਂ ਲੜਾਂਗੇ ਉਸ ਵੇਲੇ, ਉਸ ਹੱਕ ਦੀ ਲੜਾਈ 'ਚ ਜੇ ਤੁਸੀਂ ਜਾ ਕੇ ਆਪਦੀ ਸ਼ਮੂਲੀਅਤ ਪਾਓਗੇ ਤਾਂ ਤੁਹਾਨੂੰ ਫਿਰ ਪ੍ਰਭਾਸ਼ਿਤ ਇਹ ਕਰਨਗੇ, ਤੁਹਾਨੂੰ ਸਰਕਾਰਾਂ ਪ੍ਰਭਾਸ਼ਿਤ ਕਰਨ ਲੱਗ ਜਾਂਦੀਆਂ, ਅਤੇ ਇਹਨਾਂ ਦਾ ਜਿਹੜਾ ਮੀਡੀਆ, ਸੋ ਕਾਲਡ ਮੀਡੀਆ ਚੈਨਲਸ ਆ, ਉਹ ਉਸ ਪ੍ਰੋਪਗੰਡਾ ਨੂੰ ਐਡਵਾਂਸ ਕਰਦੇ ਆ। ਇਹ ਤ੍ਰਾਸਦੀ ਆ,
ਇਹ ਦੇਖ ਲਓ ਸਾਨੂੰ ਇਹਨਾਂ ਦੀ ਪਰਿਭਾਸ਼ਾ ਦੀ ਜਾਂ ਇਹਨਾਂ ਨੇ ਜੋ ਸਾਨੂੰ ਪਰਿਭਾਸ਼ਿਤ ਕੀਤਾ ਜਾਂ ਸਾਨੂੰ ਇਹ ਦੱਸਣਗੇ ਵੀ ਤੁਸੀਂ ਸੇਵਾ ਕਿਵੇਂ ਕਰਨੀ ਆ ਜਾਂ ਕਿਸ ਮਨੁੱਖਤਾ ਲਈ ਸੇਵਾ ਕਰਨੀ ਆ ਜਾਂ ਕਿਸ ਵਰਗ ਲਈ ਸੇਵਾ ਕਰਨੀ ਆ, ਕਿਸੇ ਵਰਗ ਦਾ ਸਾਥ ਦੇਣਾ ਜਾਂ ਨਹੀਂ ਦੇਣਾ, ਇਹ ਸਾਨੂੰ ਦੱਸਣਗੇ। ਇਹਨਾਂ ਨੂੰ ਇੱਕ ਗੱਲ ਆਪਾਂ ਦੱਸ ਦਈਏ ਵੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਆ, ਔਰ ਇਹ ਹਮੇਸ਼ਾ ਮੈਂ ਗੱਲ ਕਹਿੰਦਾ ਸਾਡੀ ਜਿਹੜੀ ਸੋਵਰਨਿਟੀ ਆ ਉੱਥੇ ਸਾਨੂੰ ਦੱਸਣਾ ਨਹੀਂ ਪੈਂਦਾ। ਅਸੀਂ ਕਿਸੇ ਦੀ ਅਧੀਨਗੀ ਨਹੀਂ ਬਣੀ ਅੱਜ ਤੱਕ, ਅਤੇ ਉੱਥੇ ਸਾਨੂੰ ਦੱਸਣਾ ਨਹੀਂ ਪੈਂਦਾ ਵੀ ਤੁਸੀਂ ਫਲਾਨੀ ਜਗ੍ਹਾ ਜਾ ਕੇ ਖੜ ਜਾਓ ਉਹਨਾਂ ਨਾਲ ਅਤੇ ਉਹਨਾਂ ਦੀ ਸੇਵਾ ਕਰੋ। ਨਹੀਂ, ਸਾਨੂੰ ਗਾਈਡੈਂਸ ਵੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮਿਲਦੀ ਆ। ਸੋ ਜੇ ਅੱਜ ਖਾਲਸਾ ਏਡ ਨੂੰ ਤੁਸੀਂ ਅਤੇ ਸਰਦਾਰ ਰਵੀ ਸਿੰਘ ਨੂੰ ਆਤੰਕਵਾਦੀ ਕਹਿ ਰਹੇ ਹੋ ਤਾਂ ਅਸੀਂ ਵੀ ਆਤੰਕਵਾਦੀ ਹਾਂ, ਅਸੀਂ ਉਹੀ ਹਾਂ, ਉਹੀ ਸਾਡੀ ਕੌਮ ਆ, ਉਹੀ ਸਾਡੇ 'ਚ ਚਿਣਗਾਂ, ਉਹੀ ਸਾਡੇ 'ਚ ਗੁੜਤੀਆਂ। ਸਾਡਾ ਜਿਹੜਾ ਪਿਤਾ, ਸਾਡਾ ਪਿਓ ਆ, ਸਾਡਾ ਜਿਹੜਾ ਤੁਸੀਂ ਕਹਿ ਲਓ ਜਿਹੜਾ ਖੂਨ ਆ ਸਾਡੇ ਅੰਦਰ, ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ। ਅਸੀਂ ਅਨੰਦਪੁਰ ਸਾਹਿਬ ਦੇ ਨਿਵਾਸੀ ਹਾਂ, ਸਾਡਾ ਪਿਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆ, ਅਤੇ ਅਸੀਂ ਉਹਨਾਂ ਦੀ ਔਲਾਦਾਂ। ਅਸੀਂ ਆਪਦੇ ਰਹਿਬਰਾਂ ਤੋਂ, ਆਪਦੇ ਗੁਰੂਆਂ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ। ਸਾਡੇ ਰਹਿਬਰਾਂ ਨੇ, ਸਾਡੇ ਜਿਹੜੇ ਗੁਰੂਆਂ ਨੇ ਸਾਨੂੰ ਜੋ ਫਲਸਫੇ ਦਿੱਤੇ, ਅਸੀਂ ਉਹ ਤੋਂ ਮੁਨਕਰ ਨਹੀਂ ਹੋ ਸਕਦੇ। ਤੁਸੀਂ ਸਾਨੂੰ ਪ੍ਰਭਾਸ਼ਿਤ ਕਰੋਗੇ, ਤੁਸੀਂ ਹੁਣੇ ਕੌਣ ਹੋ ਸਾਨੂੰ ਪ੍ਰਭਾਸ਼ਿਤ ਕਰਨ ਵਾਲੇ? ਸੋ ਖਾਲਸਾ ਏਡ ਜੋ ਕੰਮ ਕਰ ਰਹੀ ਆ, ਜਦੋਂ ਜਦੋਂ ਜਿੱਥੇ ਜਿੱਥੇ ਮਨੁੱਖਤਾ 'ਤੇ, ਜਾਂ ਤਾਂ ਕਿਤੇ ਨੇਚਰ ਦੇ ਥਰੂ ਜਾਂ ਕਿਸੇ ਸਰਕਾਰਾਂ ਦੇ ਥਰੂ, ਜਦੋਂ ਜਦੋਂ ਮਨੁੱਖਤਾ 'ਤੇ ਕੋਈ ਔਕੜ ਦੀ ਘੜੀ ਆਈ ਆ, ਖਾਲਸਾ ਏਡ ਨੇ ਜਾ ਕੇ ਉੱਥੇ ਸੇਵਾ ਕੀਤੀ ਆ, ਖਾਲਸਾ ਏਡ ਨੇ ਜਾ ਕੇ ਉੱਥੇ ਆਪਦਾ ਯੋਗਦਾਨ ਪਾਇਆ। ਸੋ ਉਹ ਬਾਕਮਾਲ ਆ, ਸਾਨੂੰ ਮਾਣ ਆ ਵੀ ਸਾਡੀ ਇੱਕ ਸੰਸਥਾ ਜਿਹਦਾ ਨਾਂ ਖਾਲਸਾ ਏਡ ਆ, ਅਤੇ ਜਿਹੜੀ ਦੁਨੀਆ ਭਰ 'ਚ ਸਾਡਾ ਫਲਸਫੇ, ਸਾਡੀ ਜਿਹੜੇ ਸੋਚ ਆ ਅਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਹਮੇਸ਼ਾ ਉਹਨਾਂ ਨੇ ਮੁੱਖ ਰੱਖਿਆ ਅਤੇ ਉੱਤੇ ਚੱਕ ਕੇ ਰੱਖਿਆ। ਅਤੇ ਇਹੋ ਜਿਹਾ ਕਿਰਦਾਰ, ਇਹੋ ਜਿਹੀ ਜਿਹੜੀ ਤਰਜ਼ੇ ਜ਼ਿੰਦਗੀ ਹੁੰਦੀ ਆ ਖਾਲਸਿਆਂ ਦੀ, ਜਾਂ ਜਿਹੜੀ ਖਾਲਸਾ ਕੌਮ ਦੀ ਤਰਜ਼ੇ ਜ਼ਿੰਦਗੀ ਆ, ਉਹਨੂੰ ਜਿਵੇਂ ਬਿਆਨ ਕੀਤਾ, ਉਹ ਬਾਕਮਾਲ ਆ। ਵੀ ਆਰ ਪ੍ਰਾਊਡ ਆਫ ਯੂ, ਵੀ ਆਰ ਪ੍ਰਾਊਡ ਆਫ ਖਾਲਸਾ ਏਡ, ਐਂਡ ਵੀ ਆਰ ਪ੍ਰਾਊਡ ਆਫ ਸਰਦਾਰ ਰਵੀ ਸਿੰਘ। ਇਹਨਾਂ ਦੀਆਂ ਪਰਿਭਾਸ਼ਾ ਤੋਂ ਜੇ ਅਸੀਂ ਪ੍ਰਭਾਸ਼ਿਤ ਹੋਣ ਲੱਗ ਗਏ, ਇਹਨਾਂ ਨੂੰ ਤਾਂ ਆਪਦੇ ਆਪ ਨੂੰ ਪ੍ਰਭਾਸ਼ਿਤ ਕਰਨਾ ਨਹੀਂ ਆਉਂਦਾ। ਇਹਨਾਂ ਦੀ ਤਾਂ ਬੇਈਮਾਨੀ ਆ, ਇਹਨਾਂ ਦੇ ਦਿਲ ਜਿਹੜੇ ਆ ਉਹ ਬੇਈਮਾਨ ਆ, ਇਹਨਾਂ ਦੀਆਂ ਰੂਹਾਂ ਅਤੇ ਜਿਹੜੇ ਨਿਰਦਈ ਅਤੇ ਜ਼ਾਲਮ ਲੋਕ ਆ ਇਹ, ਇਹਨਾਂ ਨੂੰ ਸਾਨੂੰ ਲੱਗਦਾ ਇਹਨਾਂ ਦੇ ਅੰਦਰ ਰੂਹਾਂ ਵੱਸਦੀਆਂ। ਨਹੀਂ, ਜੇ ਕਿਤੇ ਉਹ ਰੂਹਾਂ ਵੱਸਦੀਆਂ ਹੁੰਦੀਆਂ ਜਿਹਦੇ 'ਚ ਹਿਊਮੈਨਿਟੀ ਅਤੇ ਮਨੁੱਖਤਾ ਜਾਂ ਸਰਬੱਤ ਦੇ ਭਲੇ ਦੀ ਝਲਕ ਹੁੰਦੀ, ਤਾਂ ਫਿਰ ਅੱਜ ਇਹ ਆਲਮ ਨਹੀਂ ਹੋਣਾ ਸੀ। ਅਸੀਂ ਇੱਥੇ ਧਰਨਿਆਂ 'ਚ, ਮੋਰਚਿਆਂ 'ਚ ਬੈਠੇ ਹਾਂ, ਜਿਸ ਤਰ੍ਹਾਂ ਇੱਥੇ ਸਾਡੇ ਬਜ਼ੁਰਗ ਸਫ਼ਰ ਕਰ ਰਹੇ ਆ। ਦੇਖੋ ਤੁਸੀਂ ਤਰਾਸ ਦੀ, ਇੱਕ ਪਾਸੇ ਕਿਸਾਨ ਉਹ ਆ, ਬਜ਼ੁਰਗ ਉਹ ਆ ਜਿਹੜਾ ਆਪਦੇ ਹੱਕ ਮੰਗ ਰਿਹਾ, ਅਤੇ ਦੂਜੇ ਪਾਸੇ ਜਿਹੜੀ ਫੌਜ ਬੈਠੀ ਆ ਉਹ ਇਹਨਾਂ ਬਜ਼ੁਰਗਾਂ ਦੇ ਹੀ ਬੇਟੇ ਆ। ਸੋ ਆਪਸ 'ਚ ਹੀ ਲੜਾ ਤਾ, ਤੁਹਾਨੂੰ ਲੱਗਦਾ ਇਹਨਾਂ ਦੀਆਂ ਪਿਓਰ ਸੋਲਸ ਆ? ਨੋ। ਸੋ ਅਸੀਂ ਸਾਰੇ ਸਰਦਾਰ ਰਵੀ ਸਿੰਘ ਜੀ ਦੇ ਨਾਲ ਹਾਂ, ਅਸੀਂ ਖਾਲਸਾ ਏਡ ਦੇ ਨਾਲ ਹਾਂ, ਅਸੀਂ ਹਰ ਉਸ ਸ਼ਖਸ਼ ਦੇ ਨਾਲ ਹਾਂ ਜਦੋਂ ਕਿਤੇ ਜਬਰ ਅਤੇ ਜ਼ੁਲਮ ਹੁੰਦਾ, ਜੋ ਸ਼ਖਸ ਜੋ ਰੂਹ ਉੱਥੇ ਜਾ ਕੇ ਮਨੁੱਖਤਾ ਦਾ ਸਾਥ ਦਿੰਦੀ ਆ। ਸੋ ਅਸੀਂ ਮਨੁੱਖਤਾ ਦੇ, ਹਿਊਮੈਨਿਟੀ ਦੇ ਅਤੇ ਅਕਾਲ ਪੁਰਖ ਦੇ ਪੁਜਾਰੀ ਹਾਂ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਹਾਂ, ਸਾਨੂੰ ਹੋਰ ਕਿਸੇ ਦੀ ਅਧੀਨਗੀ ਮਨਜ਼ੂਰ ਨਹੀਂ ਆ। ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਸਾਨੂੰ ਬਣਾਇਆ ਹੀ ਇਸ ਤਰ੍ਹਾਂ, ਸਾਡੀ ਬਣਤਰੀ ਇਹ ਆ, ਅਤੇ ਤੁਸੀਂ ਸਾਨੂੰ ਪ੍ਰਭਾਸ਼ਿਤ ਨਹੀਂ ਕਰ ਸਕਦੇ। ਤੁਹਾਡੇ 'ਚ ਇੰਨਾ ਦਮ ਹੀ ਹੈ ਨਹੀਂ ਵੀ ਤੁਸੀਂ ਸਾਨੂੰ ਪ੍ਰਭਾਸ਼ਿਤ ਕਰ ਸਕੋ। ਅਸੀਂ, ਸਾਡਾ ਦਾਇਰਾ ਅਤੇ ਸਾਡਾ ਜਿਹੜਾ ਤੁਸੀਂ ਕਹਿ ਲਓ ਵੀ ਸਾਡੀ ਸੋਚ ਆ, ਉਹ ਤੁਹਾਡੀਆਂ ਪ੍ਰਭਾਸ਼ਾਵਾਂ ਜਾਂ ਤੁਸੀਂ ਜਿਵੇਂ ਸਾਨੂੰ ਡਿਫਾਈਨ ਕਰਦੇ ਹੋ, ਉਹ ਤੋਂ ਬਹੁਤ ਪਰਾਂ। ਸੋ ਇੱਥੇ ਖਾਲਸਾ ਏਡ ਦੀ ਗੱਲ ਆਪਾਂ ਅੱਗੇ ਜਿਹੜੀ ਦੂਜੀ ਗੱਲ ਕਰਨੀ ਆ, ਜਿਸ ਤਰ੍ਹਾਂ ਹਰਿਆਣੇ ਦੇ ਬਜ਼ੁਰਗਾਂ ਨੂੰ ਜੋ ਕਿ ਹੁੱਕਾ ਪੀ ਰਹੇ ਸੀ, ਉਹਨਾਂ ਨੂੰ ਇਹਨਾਂ ਨੇ ਦਮ ਮਾਰੋ ਦਮ ਗੈਂਗ ਡਿਫਾਈਨ ਕੀਤਾ। ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ। ਹਰਿਆਣੇ ਦਾ ਇੱਕ ਵੇ ਆਫ ਲਾਈਫ ਆ। ਦੋ, ਅਸੀਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਟਬੈਕੂ ਆ ਜਿਹੜਾ, ਅਸੀਂ ਉਹਨੂੰ ਚੰਗਾ ਨਹੀਂ ਸਮਝਦੇ, ਪਰ ਫਿਰ ਵੀ ਜੇ ਹੁੱਕਾ ਉਹ ਪੀਂਦੇ ਆ, ਉਹਨਾਂ ਦਾ ਉਹ ਵੇ ਆਫ ਲਾਈਫ ਆ। ਔਰ ਹਰਿਆਣੇ 'ਚ ਤਾਂ ਇਹ ਕਹਾਵਤ ਆ ਵੀ ਜੇ ਕਿਸੇ ਨੂੰ ਆਪਦੇ ਕਿਸੇ ਵਰਗ 'ਚੋਂ ਬਾਹਰ ਕਰਨਾ ਹੋਵੇ, ਉਹ ਕਹਿੰਦੇ ਆ ਵੀ ਇਸ ਬੰਦੇ ਦਾ ਹੁੱਕਾ ਪਾਣੀ ਬੰਦ ਕਰੋ। ਸੋ ਅਗਲਿਆਂ ਦਾ ਵੇ ਆਫ ਲਾਈਫ ਆ। ਔਰ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਤਰ੍ਹਾਂ, ਜੇ ਅਸੀਂ ਕਹਿੰਦੇ ਹਾਂ ਅਕਾਲ ਦੀ ਸਿਆਸਤ ਹੋਣੀ ਚਾਹੀਦੀ ਆ, ਅਕਾਲ ਦਾ ਧਰਮ ਹੋਣਾ ਚਾਹੀਦਾ, ਅਤੇ ਅਸੀਂ ਦੂਜਿਆਂ ਨੂੰ ਇਹ ਥੋੜ੍ਹੀ ਕਹਾਂਗੇ ਵੀ ਤੁਸੀਂ ਆਪਦੀ ਜ਼ਿੰਦਗੀ ਦੀ ਜਿਹੜੀ ਤਰਜ਼ੇ ਜ਼ਿੰਦਗੀ ਆ ਉਹਨਾਂ ਨੂੰ ਹੀ ਬਦਲ ਦਿਉ। ਨਹੀਂ, ਉਹਨਾਂ ਦੀ ਤਰਜ਼ੇ ਜ਼ਿੰਦਗੀ ਬਦਲੀ ਨਹੀਂ ਜਾਂਦੀ ਹੁੰਦੀ। ਸੋ ਇਸੇ ਕਰਕੇ ਜਿਹੜੀ ਇਹ ਪ੍ਰੋਬਲਮ ਹੋ ਰਹੀ ਆ,
इस देश नू इको मंडी इको ढंग इको व्यापार एक तरह का जिहड़ा इत्थे फलसफा एक तरह की कौम सिरजण दी इह बहुत गलत आ। इह उस काल पुरख वाहिगुरु दे या उस नेचर दे असूल दे ही गलत आ, अगेंस्ट आ, जिहड़ा वन सवनता नू संभाल के रखदा, जिहड़ा कल्चरल डायवर्सिटी नू, रिलीजियस डायवर्सिटी नू, बायोडायवर्सिटी नू संभाल के रखण दा जज्बा उस अकाल पुरख वाहिगुरु ने जिवें इह सारे सिरजे आ, जिवें कौमां सिरजियां, जिस तरह लोक सिरजे आ, जिस तरह धरतियां सिरजियां उस अकाल पुरख वाहिगुरु की रजा च सिरजियां गईयां। तुसीं कौण हुंदे हो चेंज करन वाले? सो तुसीं कौण हुंदे हो दम मारो दम उहनां नू इह कह के डिफाइन करन वाले? तुसीं जे इक गल थोनू दस दिए, जे पंजाब अणखी आ ना तो हरियाणे दे जाट भी अणखी आ, साडे च इह कॉमन कनैक्शन आ। थोनू लगदा असीं उहनां नूं कल्ले छड्ड दांगे, असीं किसे नूं कल्ले नहीं छड्डदे, किसे धिर नूं कल्ले नहीं छड्डदे। जिथे किते धक्का हुंदा असीं उहदे विरुद्ध खड़े हो जांदे आ। साडे गुरु नानक साहब ने इही गल सानूं सिखाई आ। गुरु तेग बहादुर साहब की शहादत तुसीं देखो, असीं जनेऊ दे कॉन्सैप्ट दे जिस तरह की उहदी इंटरप्रिटेशन सी उहदे हमेशा ही ताबे च नहीं सी, उस इंटरप्रिटेशन नाल कदे सहमति नहीं आपदी दित्ती, पर हाँ जी, पर उस जनेऊ की राखी लई गुरु तेग बहादुर साहब आपदी शहादत दे के आउंदे आ। एक पासे गुरु नानक साहब ये कह रहे आ भी जनेऊ कहो जिहा पाया जाना चाहीदा, जनेऊ वह पाओ जो जत ते सच दा होवे, जो दुनिया जिंदगी भर ना लथे। जनेऊ की जो परिभाषा दिती गुरु नानक साहब ने, तो जो जनेऊ प्रचलित धारावां दे अकॉर्डिंगली पवाउंदे सी उहनू पहनण तो मना करता। दूजे पासे गुरु तेग बहादुर साहब जाके उसे जनेऊ की रखिया लई आपदा शीश भेंट कर दिंदे आ। सो तुसीं तां समझ ही नहीं पाओगे ये सारा जिहड़ा ये सफ़र आ ना, साडी तर्ज़ ए जिंदगी आ, या जो साडे रहबरां ने गुरुआं ने सिखाया उस गल नूं तुसीं समझ ही नहीं सकते। इस करके तुसीं सानूं प्रभाषित करोगे, असीं किते भी धक्का जबर ते जुल्म हो रहा होवे ओह बर्दाश्त नहीं कर सकांगे। ये साडी सिर्फ कौम तक गल डिफाइन नहीं रहिंदी, ये गल जिथे मर्जी दुनिया च जिस किसी वर्ग ते जिस किसी कौम ते कोई धक्का या जुल्म हो रहा होगा, साडी कौम उत्थे जाके खड़ जूगी, साडी कौम उस धर्म युद्ध नूं आपदा धर्म युद्ध समझ के लड़ूगी, सच ते झूठ दी लड़ाई समझ के वह लड़ाई लड़ी जाऊगी। सो यही साडा फलसफा, यही साडा जज्बा, ये तो असी मुनकर नहीं हो सकते, क्योंकि यही साडे गुरु साहिबाना ने साडे अंदर ये चिणग लाई हुई आ। सो सानू समझना थोड़े लिए औखा, पर इन्नी क गल मैं जरूर कहूँगा, जे किते तुसीं ह्यूमैनिटी नूं माड़ी मोटी समझते हो, जे थोड़े अंदर थोड़ियां रूहां हजे भी हैगियां, वह मरिया नहीं है ना, थोड़ियां जमीरां जागदियां, तां इत्थे जिहड़े साडे संघर्षी लोग बैठे आ उहनां नूं डिफाइन करना बंद करो। इहनां दा हक ते इहनां दे जिहड़े हक बणदे आ उह इहनां नूं दित्ते जाण, ते इस संघर्ष नूं जिस तरह इहनां लोकां ने एक जापते च रह के शांतमई ढंग नाल जो जज्बा दिखाया वह बाकमाल आ। साडी संगत ते साडे लोकां दा उस जज्बे नूं मैं सलाम करदा, ते अकाल पुरख वाहिगुरु दे उस अकाल पुरख वाहिगुरु की अगवाई च असीं इह संघर्ष लड़ रहे हां। उस अकाल पुरख वाहिगुरु तों बिना जो वर्तारा वापरिया, जो इतिहास इह रचिया, वह रचिया नहीं जा सकदा सी। उहनां दी अगवाई च ते शहीदी सिंघां दी पहरे च असीं इह जिहड़ी जंग आ उह लड़ रहे हां। इह गल साडे संघर्षी जिहड़े रूहां साडे लोक आ उह याद रखण, ते उस गुरु च भरोसा रख के ही असी जितना, उस गुरु च हमेशा भरोसा रखियो। बाकी सरकारां या ये नैशनल मीडिया सानू की डिफाइन करूगा, असी इन्हां तो बहुत परां दीआं गल्लां। सो जिउंदे वसदे रहो, खुश रहो, आबाद रहो। सत श्री अकाल जी।